ਕਿਹਾ ਪਤਾ ਹਟ ਜੀ ਕਿਵੇਂ ਹੋਣੀ ਆ। ਲੱਗਦਾ ਥੋੜ੍ਹਾ ਟਾਈਮ ਆਰਾਮ ਕਰਨਾ ਚਾਹੀਦਾ। ਆ ਕੀ ਹੋ ਗਿਆ ਵੀਰ? ਉਹ ਕੁਝ ਨਹੀਂ ਬਾਈ, ਖੂਨਦਾਨ ਕਰਕੇ ਆਇਆ, ਕੈਂਪ ਲੱਗਿਆ ਸੀਗਾ। ਬਾਈ ਖੂਨ ਨਹੀਂ ਕਢਾਈਦਾ ਹੁੰਦਾ। ਕਿਉਂ ਨਹੀਂ ਕਢਾਉਣਾ ਚਾਹੀਦਾ ਵੀਰ? ਬਾਈ ਜੋ ਆਪਾਂ ਖੂਨ ਕਢਾਉਂਦੇ ਆ ਉਹ ਵੇਚਿਆ ਜਾਂਦਾ, ਖੂਨ ਦੀ ਤਸਕਰੀ ਹੁੰਦੀ ਆ। ਇੱਕ ਵਾਰੀ ਮੈਨੂੰ ਖੂਨ ਦੀ ਲੋੜ ਪਈ ਸੀ, 4 ਬੋਤਲਾਂ ਚਾਹੀਦੀਆਂ ਸੀ, 1 ਬੋਤਲ ਖੂਨ ਦੀ 300 ਦੀ ਮਿਲੀ ਸੀ। ਫਿਰ ਮਿਲ ਗਈਆਂ 4 ਬੋਤਲਾਂ ਖੂਨ ਦੀਆਂ? ਪੈਸਿਆਂ ਦੀਆਂ ਮਿਲੀਆਂ ਸੀ ਬਾਈ। ਜੇ ਉਹ ਕਿਸੇ ਨੇ ਨਾ ਕਢਾਈਆਂ ਹੁੰਦੀਆਂ ਫਿਰ ਪੈਸਿਆਂ ਦੀ ਵੀ ਕਿੱਥੋਂ ਮਿਲਦੀਆਂ? ਗੱਲ ਤਾਂ ਗਲਤ ਆ ਨਾ ਵੀਰ, ਜੇ ਕਿਸੇ ਕੋਲ ਪੈਸੇ ਨਾ ਹੋਣ। ਉਹ ਜੇ ਕਿਸੇ ਕੋਲ ਪੈਸੇ ਨਾ ਹੋਣ ਬਾਈ, ਤੁਸੀਂ ਉਹਦਾ ਸਹਾਰਾ ਬਣੋ, ਹਸਪਤਾਲ ਵਿੱਚ ਜਾ ਕੇ ਆਹ ਡੋਨਰ ਕਾਰਡ ਬਣਾਓ ਜਿਸ 'ਤੇ ਤੁਹਾਨੂੰ 2 ਬੋਤਲਾਂ ਖੂਨ ਦੀਆਂ ਫ੍ਰੀ ਮਿਲ ਜਾਣ। ਪਰ ਬਾਈ ਤੁਸੀਂ ਆਪਣੀ ਸਿਆਣ ਘੋਟ ਕੇ ਜੋ ਚੰਗਾ ਕੰਮ ਕਰਦਾ ਤੁਸੀਂ ਉਸਨੂੰ ਹਟਾ ਦਿੰਦੇ ਹੋ। ਗੱਲ ਤਾਂ ਠੀਕ ਆ ਬਾਈ ਤੁਹਾਡੀ, ਪਰ ਖੂਨ ਕਢਾਉਣ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ? ਨਹੀਂ ਭਰਾ, ਤੈਨੂੰ ਕਿਸ ਨੇ ਕਹਿ ਦਿੱਤਾ? ਲੱਗਦਾ ਤੁਹਾਨੂੰ ਵੀ ਕੋਈ ਵਿਦਵਾਨ ਟੱਕਰ ਗਿਆ ਹੋਣਾ, ਤੁਹਾਨੂੰ ਮੈਂ ਦੱਸਦਾ ਖੂਨਦਾਨ ਕਰਨ ਦੇ ਫਾਇਦੇ। ਆਪਣਾ 72 ਘੰਟਿਆਂ ਵਿੱਚ ਖੂਨ ਪੂਰਾ ਹੋ ਜਾਂਦਾ। ਦੂਸਰਾ ਇਹ ਕਿ ਆਪਣੀ ਫ੍ਰੀ ਵਿੱਚ ਖੂਨ ਦੀ ਜਾਂਚ ਪੜਤਾਲ ਹੋ ਜਾਂਦੀ ਹੈ। ਤੀਸਰਾ ਆਪਾਂ ਨੂੰ ਕਿਸੇ ਦੀ ਜਾਨ ਬਚਾਉਣ ਦਾ ਮੌਕਾ ਮਿਲ ਜਾਂਦਾ। ਮੈਨੂੰ ਨਹੀਂ ਪਤਾ ਵੀਰ, ਮੇਰੀ ਤਾਂ ਦਿਹਾੜੀ ਲੱਗਦੀ ਰਹੇ, ਖੂਨ ਨਾ ਘਰ ਨਹੀਂ ਚੱਲਦੇ, ਪੈਸੇ ਨਾ ਚੱਲਦੇ ਆ। ਬਾਈ ਤੁਸੀਂ ਦਿਹਾੜੀ ਕਰਦੇ ਹੋ? ਹਾਂਜੀ। ਪੜ੍ਹਾਈ ਨਹੀਂ ਕੀਤੀ? ਕੀਤੀ ਸੀ ਵੀਰ, ਗ੍ਰੈਜੂਏਸ਼ਨ ਤੋਂ ਬਾਅਦ ਮਕੈਨੀਕਲ ਡਿਪਲੋਮਾ ਕੀਤਾ ਸੀ, ਪਰ ਕੋਈ ਫਾਇਦਾ ਨਹੀਂ ਹੋਇਆ, ਨੌਕਰੀ ਮਿਲੀ ਨਹੀਂ। ਘਰ ਚਲਾਉਣ ਲਈ ਕੁਝ ਨਾ ਕੁਝ ਤੇ ਕਰਨਾ ਹੀ ਸੀ। ਰੋਟੀ ਖਾਓਗੇ ਵੀਰ? ਨਹੀਂ ਵੀਰੇ, ਖਾਓ ਤੁਸੀਂ। ਬਾਈ ਆ ਰੋਟੀ ਖਾਣ ਦਾ ਹਿਸਾਬ ਜਿਹਾ ਮੈਨੂੰ ਸਮਝ ਨਹੀਂ ਆਇਆ ਹੈਗਾ। ਬਾਈ ਮਿਰਚ ਨਾਲ ਰੋਟੀ ਖਾਣੀ ਤਾਂ ਇੱਕ ਮਜਬੂਰੀ ਆ, ਰੋਜ਼ ਰੋਜ਼ ਖਾਧੀ ਵੀ ਨਹੀਂ ਜਾਂਦੀ, ਚਾਹੇ ਕਿੰਨੀ ਵੀ ਮਜਬੂਰੀ ਹੋਵੇ। ਫਿਰ ਮਜਬੂਰੀ ਦਾ ਆ ਕੀ ਹੱਲ ਬਾਈ? ਬਾਈ ਆਪਾਂ ਫੀਲਿੰਗ ਲੈ ਕੇ ਖਾਂਦੇ ਹਾਂ। ਫੀਲਿੰਗ ਲੈ ਕੇ? ਉਹ ਕਿਵੇਂ? ਬਾਈ ਮੈਂ ਖਾਲੀ ਡੱਬਾ ਕੋਲ ਰੱਖ ਕੇ ਬੁਰਕੀ 4 ਨਾਲ ਲਾ ਕੇ ਖਾਲੀ ਡੱਬੇ ਵਿੱਚ ਵਧੀਆ ਕਦੇ ਦਾਲ ਸਬਜ਼ੀ ਦੀ ਫੀਲਿੰਗ ਲੈ ਕੇ ਖਾਂਦੇ ਹਾਂ। ਕੀ ਹੋਇਆ ਬਾਈ? ਬੇਬੇ ਨੇ ਕੱਦੂ ਵਿੱਚ ਮਿਰਚ ਜ਼ਿਆਦਾ ਪਾਤੀ। ਬਾਈ 4 ਨਾਲ ਰੋਟੀ ਖਾਣੀ ਤੇਰੀ ਮਜਬੂਰੀ ਸਮਝਦਾ, ਪਰ ਤੇਰੀ ਸੋਚ ਹੀ ਗਰੀਬ ਆ, ਉਸ ਤੇ ਤਰਸੂੰਗਾ। ਮਤਲਬ? ਬਾਈ ਤੁਸੀਂ ਫੀਲਿੰਗ ਲੈਤੀ ਵੀ ਤਾਂ ਕੱਦੂ ਦੀ, ਜਿਹੜਾ ਆਪਾਂ ਨੂੰ ਮੁਫ਼ਤ 'ਚ ਮਿਲ ਜਾਂਦਾ। ਕਿਉਂ ਬਾਈ, ਕੱਦੂ ਮਾੜਾ ਜੇ ਮੁਫ਼ਤ 'ਚ ਮਿਲਦਾ? ਕੱਦੂ ਨਹੀਂ ਮਾੜਾ ਬਾਈ, ਤੇਰੀ ਸੋਚ ਗਰੀਬ ਆ। ਉਹ ਕਿਵੇਂ? ਰੋਜ਼ ਹੀ ਐਂ ਸੋਚ ਕੇ ਖਾਂਦਾ ਗਾ। ਆਹੋ, ਕਦੇ ਕੱਦੂ ਕਦੇ ਤੋਰੀਆਂ। ਬਾਈ ਜੇ ਤੂੰ ਸੋਚ ਕੇ ਖਾਣੀ ਆ, ਘੱਟੋ ਘੱਟ ਸੋਚ ਤਾਂ ਅਮੀਰ ਰੱਖ ਲੈ ਆਪਦੀ। ਤੂੰ ਐਂ ਸੋਚ ਲਾ ਵੀ ਅੱਜ ਪਨੀਰ ਨਾ ਖਾ ਰਿਹਾ, ਕਦੇ ਕੜਾਹੀ ਪਨੀਰ ਨਾਲ, ਕਦੇ ਮਿਕਸ ਵਿੱਚ, ਕਦੇ ਦਹੀਂ, ਕਦੇ ਕੁਝ, ਕਦੇ ਕੁਝ। ਉਹਦੇ ਨਾਲ ਕੀ ਹੋਜੂ? ਬਾਈ ਹੋਣਾ ਤਾਂ ਜੋ ਕੱਦੂ ਸੋਚਣ ਵਾਲਾ ਉਹੀ ਹੋਣਾ। ਤੂੰ ਸੋਚ ਹੀ ਕੱਦੂਆਂ ਤੱਕ ਰੱਖੀ ਆ, ਫਿਰ ਪਨੀਰ ਕਿੱਥੋਂ ਮਿਲੂਗਾ?